इन्हां दा काम हमेशा तो ही झूठ और कुफर तोलना हैगा। जिहड़ा कोर्ट दा फैसला होया उन्होंने क्लीयर किया कि जिहड़े पटीशनर जिहड़ी अकाली दल दी पटीशन सी उहदे बेस ते उन्होंने नोटिस करता है। मैं कहना लख लाल तां एज लीगल चेयरमैन दे जिहनूं इह नहीं पता कोर्ट दा ऑर्डर की है, पर तू फटाफट प्रैस कॉन्फ्रेंस कर दित्ती। बिल्कुल सही है, 3 मैंबरी कमेटी इहदे कोल है ते 17 मैंबरी कमेटी कालो दे कोल है। जी केस तो कोर्ट ने जिन्हों ने नोटिस किया है, जे असी जितते हैं ता ही नोटिस किया ना, इन्होंने तो उम्मीद ही नहीं सी। अगर थोड़ी बहुत इज्जत बच गई है तेरी, क्योंकि तेरी इज्जत खत्म हो चुकी है। कल असी अमृतसर भी वेख लिया कि उत्ते तुहाडे सामने कैमरे प्रेस दे सिर्फ 4 माइक ही पए सीगे। सत श्री अकाल दोस्तों, स्वागत है तुहाडा वॉइस ऑफ इंडिया दे प्रोग्राम गूंजा सिख सियासत दियां। सिख सियासत 22 जनवरी तो ही एक उबाल लैंदी आ रही है। कोर्ट तो फैसला चल रहा है, इलेक्शन जेन्युइन हैगे ने कि नॉन जेन्युइन है। साडा मुद्दा जसमीत सिंह प्रीतमपुरा जी ते नाल यूथ दे प्रधान रमनदीप सिंह सोनू जी, दोनों नाल लगदे एक यूथ दे प्रधान ने ते एक वाइस प्रधान ने। पहले चलदे आ प्रधान जी कोल। प्रधान जी, जिहड़ा कोर्ट दा फैसला आया कल, उस हरमीत सिंह कालका का साफ कहना हैगा है कि कोर्ट ने तुहानू धक्के मार के बाहर कढ़ता, तुहाडी पिटीशन नू चक के बाहर सट्टता, की कहना चाहोगे? दिल्ली दी संगत की संसार भर दी जिहड़ी जागरूक संगत है, वह पहला ही जानती सी जिहड़ी इलैक्शन है 22 मई नू 22 जनवरी नू होई सीगी, उहदे विच किस तरह इन्हां ने धक्केशाही की, पुलिस का दुरउपयोग किया, एडमिनिस्ट्रेशन का यूज किया। ਤੇ ਅਸੀਂ ਇਹਦੇ ਖਿਲਾਫ ਜਿਹੜੀ ਪਟੀਸ਼ਨ ਸੀਗੀ ਉਹ ਹਾਈ ਕੋਰਟ ਦੇ ਵਿੱਚ ਪਾਈ ਸੀ। ਇੱਕ ਪਟੀਸ਼ਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਪਈ ਸੀ ਤੇ ਦੂਸਰੀ ਪਟੀਸ਼ਨ ਜਿਹੜੀ ਹੈ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਪਾਈ ਸੀ। ਕੋਰਟ ਨੇ ਕੱਲ੍ਹ ਜੋ ਫੈਸਲਾ ਸੁਣਾਇਆ ਹੈ ਉਹਦੇ ਵਿੱਚ ਉਹਨਾਂ ਨੇ ਕਲੀਅਰ ਕਰਤਾ ਹੈ ਕਿ ਜਿਹੜੀ ਪਾਰਟੀ ਦੀ ਪਟੀਸ਼ਨ ਹੈ ਉਹ ਤਾਂ ਹਾਈ ਕੋਰਟ ਨੇ ਅਕਸੈਪਟ ਕਰ ਲਈ, ਔਰ ਉਹਦੇ ਬੇਸ 'ਤੇ ਇਹਨਾਂ ਨੂੰ ਨੋਟਿਸ ਵੀ ਕਰਤਾ ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨ, ਦਿੱਲੀ ਗੁਰਦੁਆਰਾ ਕਮੇਟੀ, ਦਿੱਲੀ ਸਰਕਾਰ ਨੂੰ ਕਿ 4 ਹਫ਼ਤਿਆਂ ਦੇ ਅੰਦਰ ਤੁਸੀਂ ਜਵਾਬ ਦਿਓ ਵੀ ਕੀ ਕੀਤਾ ਇਹਦੇ ਵਿੱਚ। ਦੂਜੀ ਜਿਹੜੀ ਇਹ ਝੂਠ ਬੋਲ ਰਹੇ ਆ, ਇਹਨਾਂ ਦਾ ਕੰਮ ਹਮੇਸ਼ਾ ਤੋਂ ਹੀ ਝੂਠ ਔਰ ਕੁਫਰ ਤੋਲਣਾ ਹੈਗਾ। ਸੰਗਤਾਂ ਨੂੰ ਹਮੇਸ਼ਾ ਇਹਨਾਂ ਨੇ ਗੁੰਮਰਾਹ ਕੀਤਾ, ਭਾਵੇਂ ਉਹ ਬਾਲਾ ਸਾਹਿਬ ਦਾ ਮੁੱਦਾ ਹੋਏ, ਕਹਿੰਦੇ ਹਸਪਤਾਲ ਚਾਲੂ ਕਰਤਾ, ਇੱਕ ਛੋਟੇ ਜਿਹੇ ਹਿੱਸੇ ਨੂੰ ਤਿਆਰ ਕਰਾ ਕੇ ਡਾਇਲਿਸਿਸ ਸੈਂਟਰ ਖੋਲ੍ਹ ਕੇ ਹਸਪਤਾਲ ਬਣਾ ਦਿੰਦੇ ਆ। ਇਹਨਾਂ ਨੂੰ ਝੂਠ ਬੋਲਣਾ ਬਖੂਬੀ ਆਉਂਦਾ, ਸੰਗਤ ਨੂੰ ਗੁੰਮਰਾਹ ਕਰਨਾ ਬਖੂਬੀ ਆਉਂਦਾ, ਹੁਣ ਵੀ ਇਹ ਗੁੰਮਰਾਹ ਹੀ ਕਰ ਰਹੇ ਆ। ਜਿਹੜਾ ਕੋਰਟ ਦਾ ਫੈਸਲਾ ਹੋਇਆ ਉਹਨਾਂ ਨੇ ਕਲੀਅਰ ਕੀਤਾ ਕਿ ਜਿਹੜੇ ਪਟੀਸ਼ਨਰ ਜਿਹੜੀ ਅਕਾਲੀ ਦਲ ਦੀ ਪਟੀਸ਼ਨ ਸੀ ਉਹਦੇ ਬੇਸ 'ਤੇ ਇਹਨਾਂ ਨੂੰ ਨੋਟਿਸ ਕਰਤਾ, ਅਤੇ ਦੂਜੀ ਕੋਰਟ ਨੇ ਪਟੀਸ਼ਨ ਇਹ ਹਰਵਿੰਦਰ ਸਿੰਘ ਸਰਨਾ ਦੀ ਜਿਹੜੀ ਪਟੀਸ਼ਨ ਸੀ ਉਹਦੇ ਬਾਰੇ ਉਹਨਾਂ ਨੇ ਕਲੀਅਰ ਕਰਤਾ ਕਿ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਸਕਦੇ ਆ, ਉੱਥੇ ਉਹਨਾਂ ਦੀ ਪਲੀ ਮਨਜ਼ੂਰ ਹੋ ਗਈ ਔਰ ਉਹ ਰਿਜੈਕਟ ਨਹੀਂ ਹੋ ਸਕਦੀ। ਜਸਮੀਤ ਸਿੰਘ ਜੀ, ਜਸਮੀਤ ਸਿੰਘ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜਾ ਕੱਲ੍ਹ ਹਰਮੀਤ ਸਿੰਘ ਕਾਲ ਕਰਨ ਹੈਗੇ, ਤੁਸੀਂ ਭੱਜ ਗਏ ਕੋਰਟ ਨੇ ਤੁਹਾਨੂੰ ਭਜਾਤਾ? ਮੈਂ ਨਾ ਅੱਜ 2 ਦਿਨ ਤੋਂ ਹਰਮੀਤ ਸਿੰਘ ਕਾਲਕਾ ਨੂੰ ਵੇਖ ਰਿਹਾ, ਮੈਨੂੰ ਨਾ ਬੜਾ ਉਹ ਗਾਣਾ ਯਾਦ ਆ ਰਿਹਾ, ਇੱਕ ਪੰਜਾਬੀ ਦਾ ਗਾਣਾ, ਤੂੰ ਰੋਏਂਗਾ ਤੂੰ ਪਛਤਾਏਂਗਾ, ਕੰਨ ਹੱਥਾਂ ਨੂੰ ਲਾਏਗਾ, ਹੱਥਾਂ ਨੂੰ ਕੰਨ ਲਾਏਗਾ। ਦੇਖੋ, ਪਰਸੋਂ ਇਹਨੇ ਪਟੀਸ਼ਨ ਕੋਰਟ ਤੋਂ ਬਾਅਦ ਜੋ ਫੈਸਲਾ ਆਇਆ, ਉਹਦੇ ਬਾਅਦ ਜੋ ਆਨੰਦ ਫਾਨੰਦ 'ਚ ਇੰਨੇ ਝੂਠ ਬੋਲਿਆ, ਕੁਫੜ ਤੋਲਿਆ, ਜਿਹੜੀ ਪੁਰਾਣੀ ਆਦਤ ਹੈ। ਕਿਉਂਕਿ ਇਹਨੂੰ ਪਤਾ ਸੀਗਾ ਕਿ ਜਿਹੜੇ ਮੈਂਬਰ ਹੈ ਨਾ ਆਸ ਦੁਆਲੇ, ਕਿਉਂਕਿ ਆਪ ਤਾਂ ਬਿਲਕੁਲ ਸਹੀ ਹੈ, 3 ਮੈਂਬਰੀ ਕਮੇਟੀ ਹੈ ਇਹਦੇ ਕੋਲ ਹੈ ਅਤੇ 17 ਮੈਂਬਰੀ ਕਮੇਟੀ ਕਾਲੋ ਦੇ ਕੋਲ ਹੈ, ਬਾਕੀ ਸਾਰੇ ਮੈਂਬਰ, ਕਿਉਂਕਿ ਇਹਨਾਂ ਦੇ ਜਿਹੜਾ ਧਰਮ ਪ੍ਰਚਾਰ ਦਾ ਉਹਨੇ ਕਿਹਾ ਸਾਰਾ ਮੋਰਲ ਡਾਊਨ ਹੋ ਰਿਹਾ, ਇਹਦਾ ਮਤਲਬ ਤੁਸੀਂ ਆਪ ਸਮਝ ਲਓ ਕਿ 3 ਮੈਂਬਰੀ 17 ਹੋ ਗਏ, 20 ਬਾਕੀ ਕਿੱਥੇ ਨੇ? ਇਸ ਕਰਕੇ ਇਹਨੇ ਪ੍ਰੈਸ ਕਾਨਫਰੰਸ ਕੀਤੀ ਕਿ ਝੂਠ ਬੋਲੇ ਤੇ ਆਰਡਰ ਦਾ ਵੇਟ ਕਰ ਲੈ, ਵੀ ਕੋਰਟ ਕਹਿ ਕੀ ਰਹੀ ਹੈ, ਤੂੰ ਆਨੰਦ ਫਾਨੰਦ ਜਾ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ, ਪਤਾ ਨਹੀਂ ਤੁਹਾਨੂੰ ਕੀ ਜਲਦੀ ਸੀ ਤੁਹਾਨੂੰ। ਮੈਂ ਕਹਿੰਦਾ ਲੱਖ ਲਾਲ ਤਾਂ ਐਜ ਲੀਗਲ ਚੇਅਰਮੈਨ ਨੇ, ਜਿਹਨੂੰ ਇਹ ਨਹੀਂ ਪਤਾ ਕੋਰਟ ਦਾ ਆਰਡਰ ਕੀ ਹੈ, ਪਰ ਤੂੰ ਫਟਾਫਟ ਪ੍ਰੈਸ ਕਾਨਫਰੰਸ ਕਰ ਦਿੱਤੀ, ਉਹਦੇ ਵਿੱਚ ਅੱਧੀ ਗੱਲ ਝੂਠ ਬੋਲ ਰਿਹਾ, ਅੱਧਾ ਤੁਹਾਨੂੰ ਪਤਾ ਹੀ ਨਹੀਂ ਤੂੰ ਬੋਲਣਾ ਕੀ ਹੈ। ਇਸ ਕਰਕੇ ਇਹਨਾਂ ਨੂੰ ਕੋਈ ਅਸਤੀਫੇ ਦੇ ਦੇਣੇ ਚਾਹੀਦੇ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਪ੍ਰਬੰਧ ਕੀ ਹੈ, ਕੋਰਟ ਕੀ ਹੈ, ਦਿੱਲੀ ਕਮੇਟੀ ਦੇ ਸਕੂਲ ਕਿਵੇਂ ਚਲਾਉਣੇ, ਇਹਨਾਂ ਨੂੰ ਕੁਛ ਨਹੀਂ ਪਤਾ। ਇਸ ਕਰਕੇ ਇਹਨਾਂ ਨੂੰ ਅਸਤੀਫੇ ਦੇ ਕੇ ਪਰੇ ਹੋ ਜਾਣਾ ਚਾਹੀਦਾ ਕਿ ਇਹਨਾਂ ਦੇ ਬਸ ਦਾ ਕੁਛ ਵੀ ਨਹੀਂ ਹੈ ਕਰਨਾ। ਜਸਮੀਤ ਸਿੰਘ ਪ੍ਰੀਤਮਪੁਰੇ ਕਹਿ ਰਹੇ ਬਸ ਦਾ ਕੁਛ ਨਹੀਂ ਹੈ, ਮਗਰ ਉਹਨਾਂ ਦਾ ਕਿਹਾ ਕੇਸ ਲੜਨਾ ਤੁਹਾਡੇ ਬਸ ਦੀ ਗੱਲ ਨਹੀਂ ਹੈਗੀ, ਤੁਸੀਂ ਕੇਸ ਨਹੀਂ ਜਿੱਤ ਸਕਦੇ। ਜੀ ਕੇਸ ਤਾਂ ਕੋਰਟ ਨੇ ਜਿਹਨਾਂ ਨੂੰ ਨੋਟਿਸ ਕੀਤਾ ਹੈ, ਜੇ ਅਸੀਂ ਜਿੱਤੇ ਹਾਂ ਤਾਂ ਹੀ ਨੋਟਿਸ ਕੀਤਾ ਨਾ, ਇਹਨਾਂ ਨੂੰ ਤਾਂ ਉਮੀਦ ਹੀ ਨਹੀਂ ਸੀਗੀ, ਕਿਉਂਕਿ ਸੱਚਾਈ ਲੇਟ ਆਏ ਪਰ ਸਾਹਮਣੇ ਜ਼ਰੂਰ ਆਉਂਦੀ ਹੈ, ਹਮੇਸ਼ਾ ਹੀ ਸੱਚਾਈ ਦੀ ਜਿੱਤ ਹੋਈ ਹੈ। ਅਤੇ ਕੱਲ੍ਹ ਜਿਹੜਾ ਪਰਸੋਂ ਕੋਰਟ ਦਾ ਆਰਡਰ ਆਇਆ, ਕੱਲ੍ਹ ਉਸ ਆਰਡਰ ਦੀ ਕਾਪੀ ਸਾਡੇ ਕੋਲ ਆਈ ਹੈ, ਉਹਦੇ ਵਿੱਚ ਕਲੀਅਰ ਮੈਂਸ਼ਨ ਕੀਤਾ ਹੋਇਆ ਇਹਨਾਂ ਨੂੰ, ਕਲੀਅਰ ਨੋਟਿਸ ਦਿੱਲੀ ਗੁਰਦੁਆਰਾ ਕਮੇਟੀ, ਡਾਇਰੈਕਟੋਰੇਟ ਆਫ ਗੁਰਦੁਆਰਾ ਇਲੈਕਸ਼ਨ ਅਤੇ ਦਿੱਲੀ ਸਰਕਾਰ ਨੂੰ ਕੀਤਾ, ਮਾਨਯੋਗ ਜੱਜ ਸਾਹਿਬ ਨੇ, ਕਿ ਤੁਸੀਂ 4 ਹਫ਼ਤਿਆਂ ਦੇ ਅੰਦਰ ਅੰਦਰ ਸਾਰਾ ਕੁਛ ਦੱਸੋ ਵੀ ਕਿਸ ਤਰ੍ਹਾਂ ਕੀਤਾ, ਇਹ ਬੇਈਮਾਨੀਆਂ ਤੁਸੀਂ ਕਿਸ ਤਰ੍ਹਾਂ ਕੀਤੀਆਂ ਜਾਂ ਕੀ ਪ੍ਰੋਸੈਸ ਤੁਸੀਂ ਅਡੋਪਟ ਕੀਤਾ ਹੈ। ਜਸਮੀਤ ਸਿੰਘ, ਤੁਸੀਂ ਕੋਈ ਲਾਸਟ ਵਰਡ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ
ਇੱਥੇ ਤੂੰ ਇੱਕ ਸੁਪਰ ਬੌਸ ਦੇ ਥਰੂ ਆਪਣੀ ਪ੍ਰਧਾਨਗੀ ਬਚਾ ਲਏਗਾ ਜਿਹੜੀ ਬਚਣ ਵਾਲੀ ਨਹੀਂ ਹੈ ਉਹਦੇ ਹੱਥ ਵੀ ਨਹੀਂ ਹੈ ਪਰ ਉਸ ਅਕਾਲ ਪੁਰਖ ਦਰਗਾਹ ਜਾ ਕੇ ਤੂੰ ਜਵਾਬ ਦੇਣਾ ਹੈ ਮੈਂ ਤੁਹਾਨੂੰ ਕਹਾਂਗਾ ਜਿਹੜੀ ਅਗਰ ਥੋੜ੍ਹੀ ਬਹੁਤ ਇੱਜ਼ਤ ਬਚ ਗਈ ਹੈ ਤੇਰੀ ਕਿਉਂਕਿ ਤੇਰੀ ਇੱਜ਼ਤ ਖਤਮ ਹੋ ਚੁੱਕੀ ਹੈ ਕੱਲ੍ਹ ਅਸੀਂ ਅੰਮ੍ਰਿਤਸਰ ਵੀ ਵੇਖ ਲਿਆ ਕਿ ਉੱਥੇ ਤੁਹਾਡੇ ਸਾਹਮਣੇ ਕੈਮਰੇ ਪ੍ਰੈਸ ਦੇ ਸਿਰੋਂ 4 ਮਾਈਕ ਹੀ ਪਏ ਸੀਗੇ ਕੋਈ ਆਇਆ ਨਹੀਂ ਸੀਗਾ ਉੱਥੇ ਜਾ ਕੇ ਤੂੰ ਇੱਥੇ ਫੋਟੋ ਪਾ ਰਿਹਾ ਜੀ ਅਸੀਂ ਅਕਾਲ ਤਖ਼ਤ 'ਤੇ ਜਾ ਰਹੇ ਹਾਂ ਕੌਮ ਦੇ ਜਿਹੜੇ ਗੱਦਾਰ ਨੇ ਉਹਨਾਂ ਦਾ ਉੱਥੇ ਕੀ ਕਰਕੇ ਆਇਆ ਫਿਰ ਪੰਡੀ ਪ੍ਰਚਾਰ ਉਹ ਭਾਈ ਲੋਕੋ ਤੁਸੀਂ ਪਿਛਲੇ 9 ਸਾਲਾਂ ਦੇ ਅੰਦਰ 1000 ਵਾਰ ਹਸਪਤਾਲ ਵੇਚ ਦਿੱਤਾ ਖਰੀਦਣ ਵਾਲਾ ਇੱਕ ਵਾਰੀ ਵੀ ਨਹੀਂ ਆਇਆ ਕਿ ਮਿਸਟਰ ਇੰਡੀਆ ਪਾਰਟ 2 ਬਣਾ ਰਹੇ ਹੋ ਕਿ ਤੁਸੀਂ ਖਰੀਦਣ ਵਾਲਾ ਕਿੱਥੇ ਹੈ 1000 ਵਾਰ ਤੁਸੀਂ ਹਸਪਤਾਲ ਵੇਚਣ ਦੇ ਉੱਥੇ ਜਾ ਕੇ ਫਿਰ ਪੰਡੀ ਪ੍ਰਚਾਰ ਸਾਡਾ ਹਸਪਤਾਲ ਵੇਚ ਗਿਆ ਭਾਈ ਹੋਰ ਕੁਛ ਹੈ ਕੁਛ ਬਚਿਆ ਤੇ ਦੱਸ ਦੇ ਨਹੀਂ ਹੈ ਤਾਂ ਇੱਕ ਕੰਮ ਕਰ ਭਾਈ ਜਿਹੜੀ ਇੱਜ਼ਤ ਜਿਹੜੀ 2-4% ਰਹਿ ਗਈ ਹੈ ਉਹਨੂੰ ਬਚਾ ਲੈ ਨਹੀਂ ਤਾਂ ਜਦ ਅਸੀਂ ਤੁਹਾਨੂੰ ਪ੍ਰਧਾਨਗੀ ਉਤਾਰਾਂਗੇ ਨਾ ਕੋਰਟ ਦੇ ਥਰੂ ਤਾਂ ਤੇਰੀ ਜਿਹੜੀ ਸਿੱਖ ਸਿਆਸਤ ਦਾ ਜਿਹੜਾ ਨਾਮ ਹੈ ਨਾ ਕਾਲਕਾ ਉਹ ਬਿਲਕੁਲ ਖਤਮ ਹੋ ਜਾਏਗਾ ਇਸ ਕਰਕੇ ਜਿਹੜੀ ਇੱਜ਼ਤ ਬਚੀ ਹੈ ਰੱਬ ਕੋਲੋਂ ਪੁੱਲ ਬਖਸ਼ਾ ਲੈ ਉਹਨੂੰ ਕਹਿ ਦੇ ਵੀ ਇਲੈਕਸ਼ਨ ਗਲਤ ਹੋਇਆ ਆਪਣੀ ਪੁੱਲ ਬਖਸ਼ਾ ਤੇ ਆਪਣੇ ਘਰ ਜਾ ਐਸੀ ਜਸਮੀਤ ਸਿੰਘ ਬ੍ਰਿਧਮਪੁਰਾ ਜੀ ਤੇ ਰਮਨਦੀਪ ਸੋਨੂ ਜੀ ਜਿਨ੍ਹਾਂ ਨੇ ਵਿਚਾਰ ਰੱਖੇ ਦੇਖਦੇ ਰਹੋ ਵੋਇਸ ਆਫ ਇੰਡੀਆ।